ਪੰਜਾਬੀ ਸਹੀ ਆਉਂਦੀ ਹੈ? ਬੋਲ ਲੈਂਦੇ ਆ ਥੋੜੀ ਬਹੁਤ। ਤੇਰੀ ਯਾਦ ਸਤਾਵੇ ਰਾਤੀ ਨੀਂਦ ਨਾ ਆਵੇ, ਤੈਨੂੰ ਤੱਕਿਆ ਤੇ ਡੁੱਲ ਗਈਆਂ ਅੱਖੀਆਂ। ਇਹ ਕਿਹੜਾ ਗਾਣਾ ਸੀ? ਤੈਨੂੰ ਸੀ ਬੁਲਾਲ ਦਾ ਗਾਣਾ। ਮੌਸਮ ਗਰਮਾ ਮੌਸਮ ਸਰਮਾ। ਅਸਲਾਮ ਵਾਲੇਕਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਆਰ ਕੇ ਰਜ਼ਾਕ ਔਰ ਤੁਸੀਂ ਵੇਖ ਰਹੇ ਹੋ ਆਪਣਾ ਰੰਗ ਟੀ ਵੀ। ਅੱਜ ਅਸੀਂ ਮੌਜੂਦ ਹਾਂ ਲਾਹੌਰ ਦੇ ਦਿਲ ਦੇ ਵਿੱਚ, ਜਿਹੜੀ ਪਾਰਕ ਨੂੰ ਰੇਸ ਕੋਰਸ ਵੀ ਕਹਿੰਦੇ ਨੇ ਔਰ ਪੰਜਾਬੀ ਦੇ ਵਿੱਚ ਜਿਲਾਨੀ ਪਾਰਕ ਵੀ ਇਹਨੂੰ ਕਿਹਾ ਜਾਂਦਾ ਹੈ। ਅੱਜ ਅਸੀਂ ਇਸ ਪਾਰਕ ਦੇ ਵਿੱਚ ਇਸ ਵਾਸਤੇ ਆਏ ਹਾਂ, ਸਾਡਾ ਜਿਹੜਾ ਇੱਥੇ ਆਉਣ ਦਾ ਮਤਲਬ ਹੈ ਔਰ ਮਕਸਦ ਹੈ, ਉਹ ਸਾਡਾ ਮਤਲਬ ਹੈ ਕਿ ਅਸੀਂ ਪੰਜਾਬੀ ਨੂੰ ਅਸੀਂ ਵੇਖਣਾ ਕਿ ਲੋਕ ਸਾਡਾ ਜਿਹੜਾ ਕਲਚਰ ਹੈ, ਦੇਸੀ ਕਲਚਰ, ਪੰਜਾਬੀ ਕਲਚਰ, ਲੋਕਾਂ ਨੂੰ ਨਹੀਂ ਪਤਾ ਕਿ ਜਿਹੜੇ ਸਾਡੀ ਅੱਜ ਦੀ ਨਵੀਂ ਜਨਰੇਸ਼ਨ ਹੈ, ਉਹਨੂੰ ਨਹੀਂ ਪਤਾ ਕਿ ਜਿਹੜੇ ਸਾਡੇ ਪੁਰਾਣੇ ਪਿਓ ਦਾਦੇ ਪੜਦਾਦੇ ਉਹ ਕੱਚਿਆਂ ਘਰਾਂ 'ਚ ਰਹਿੰਦੇ ਸਨ, ਕੱਚੇ ਘੜੇ, ਹਾਂਡੀਆਂ, ਡੋਈਆਂ, ਇਹਨਾਂ ਚੀਜ਼ਾਂ ਦਾ ਸਾਨੂੰ ਸਾਡੀ ਜਨਰੇਸ਼ਨ ਨੂੰ ਪਤਾ ਹੀ ਨਹੀਂ। ਅਤੇ ਅੱਜ ਦਾ ਜਿਹੜਾ ਸਾਡਾ ਇੱਥੇ ਆਉਣ ਦਾ ਮਤਲਬ ਹੈ, ਉਹ ਇੱਕ ਪੰਜਾਬੀ ਦੇ ਜਿਹੜੇ ਲਫ਼ਜ਼ ਨੇ ਜਿਹੜੇ ਕਿ ਸਾਨੂੰ ਅਸੀਂ ਬੋਲਦੇ ਹਾਂ, ਬਲਕਿ ਅਸੀਂ ਜਿਹੜੇ ਪੰਜਾਬੀ ਦੇ ਕਈ ਐਸੇ ਲਫ਼ਜ਼ ਨੇ ਬੋਲਦੇ ਹਾਂ ਤਾਂ ਸਾਡਾ ਮਜ਼ਾਕ ਉਡਾਇਆ ਜਾਂਦਾ। ਈਵਨ ਕਿ ਉਹੀ ਲਫ਼ਜ਼ ਅਸਲ ਲਫ਼ਜ਼ ਸਨ ਪੰਜਾਬੀ ਦੇ, ਅੱਜ ਅਸੀਂ ਉਹਨਾਂ ਲਫ਼ਜ਼ਾਂ ਨੂੰ ਵੀ ਕਲੀਅਰ ਕਰਾਂਗੇ। ਔਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਇਹਦਾ ਨਾਂ ਹੈ ਅੱਜ ਦੀ ਗੱਲ। ਔਰ ਅੱਜ ਦੀ ਗੱਲ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਪਿਆਰੀ ਔਰ ਬਹੁਤ ਹੀ ਅੱਛੀ ਸਾਡੀ ਹੋਸਟ ਮੌਜੂਦ ਹੈ, ਇਮਾਨ ਸਲੀਮ। ਅੱਜ ਅਸੀਂ ਉਹਨਾਂ ਨਾਲ ਗੱਪਸ਼ਪ ਉਹਨਾਂ ਨਾਲ ਵੀ ਕਰਾਂਗੇ ਔਰ ਉਹਨਾਂ ਦੇ ਜ਼ਰੀਏ ਅਸੀਂ ਮੁਖਤਲਿਫ ਫੈਮਲੀਆਂ ਨਾਲ ਵੀ ਗੱਲਬਾਤ ਕਰਾਂਗੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਇਮਾਨ ਸਲੀਮ, ਵੈਲਕਮ ਤੁਹਾਡਾ ਆਪਣਾ ਰੰਗ ਟੀ ਵੀ 'ਤੇ ਔਰ ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਔਰ ਇਹ ਤੁਸੀਂ ਦੱਸੋ ਕਿ ਪੰਜਾਬੀ ਦਾ ਜਿਹੜਾ ਸਾਡਾ ਕਲਚਰ ਹੈ ਉਹ ਆਵਾਮ ਕਿਉਂ ਭੁੱਲਦੀ ਜਾ ਰਹੀ ਹੈ ਔਰ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ? ਮੇਰਾ ਖਿਆਲ ਹੈ ਕਿ ਜਦੋਂ ਵਾਲਦੈਨ ਪੰਜਾਬੀ ਬੋਲਦਾ ਸੀ ਉਦੋਂ ਸਾਰਿਆਂ ਨੂੰ ਸਮਝ ਆਉਂਦੀ ਸੀ, ਜਦੋਂ ਬੱਚੇ ਬਾਹਰ ਜਾਣ ਲੱਗ ਪਏ, ਨਵੇਂ ਨਵੇਂ ਕਲਾਸਾਂ 'ਚ ਜਾਣ ਲੱਗਦੇ ਨੇ ਨਾ, ਉਰਦੂ ਭੁੱਲ ਜਾਂਦੇ, ਪੰਜਾਬੀ ਭੁੱਲ ਜਾਂਦੇ ਨੇ, ਉਰਦੂ ਯਾਦ ਆਉਂਦੀ ਉਹਨਾਂ ਨੂੰ। ਅਤੇ ਅੱਜ ਤੱਕ ਤਾਂ ਬੱਚਿਆਂ ਨੂੰ ਪੰਜਾਬੀ ਭੁੱਲ ਹੀ ਗਈ ਹੈ, ਪੰਜਾਬੀ 'ਚ ਕੀ ਗੱਲ ਹੈ, ਕੀ ਬਾਤ ਹੈ, ਬਹੁਤ ਘੱਟ ਲੋਕਾਂ ਨੂੰ। ਅੱਛਾ, ਵੈਸੇ ਇੱਕ ਚੀਜ਼ ਹੈਗੀ ਹੈ, ਮੈਨੂੰ ਵੀ ਅੱਜ ਮੌਕਾ ਮਿਲਿਆ ਕਿ ਮੈਂ ਅੱਜ ਤੁਹਾਡੀ ਵੀ ਪੰਜਾਬੀ ਚੈੱਕ ਕਰਾਂਗਾ ਕਿ ਤੁਹਾਡੀ ਪੰਜਾਬੀ ਕਿੱਡੀ ਕੁ ਚੰਗੀ ਹੈਗੀ। ਜ਼ਰੂਰ, ਬਿਲਕੁਲ, ਬੜੀ ਚੰਗੀ ਪੰਜਾਬੀ ਹੈ, ਅਸੀਂ ਤਾਂ ਪੰਜਾਬੀ ਬੋਲਦੇ ਹਾਂ, ਅਸੀਂ ਤਾਂ ਉਰਦੂ ਬੋਲਦੇ ਨਹੀਂ ਹੈ, ਸਾਨੂੰ ਉਰਦੂ ਸਮਝ ਹੀ ਨਹੀਂ ਆਉਂਦੀ। ਨਹੀਂ, ਮੈਨੂੰ ਤਾਂ ਪਤਾ ਕਿ ਉਰਦੂ ਤੁਸੀਂ ਕਿੰਨਾ ਕੁ ਪੰਜਾਬੀ ਬੋਲਦੇ ਹੋ, ਲੇਕਿਨ ਅੱਜ ਤੁਹਾਡਾ ਟੈਸਟ ਹੋਏਗਾ ਪੰਜਾਬੀ ਦਾ ਔਰ ਅੱਜ ਪੂਰੀ ਆਵਾਮ ਵੀ ਵੇਖੇਗੀ ਔਰ ਅੱਜ ਅਸੀਂ ਦੋਵੇਂ ਰਲ ਕੇ ਲੋਕਾਂ ਦੀ ਵੀ ਪੰਜਾਬੀ ਚੈੱਕ ਕਰਾਂਗੇ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡਾ ਜਿਹੜਾ ਪੰਜਾਬੀ ਕਲਚਰ ਹੈਗਾ ਉਹ ਲੋਕ ਭੁੱਲਦੇ ਜਾ ਰਹੇ ਨੇ। ਉਰਦੂ ਆ ਗਈ ਔਰ ਉਰਦੂ ਨੂੰ ਵੀ ਇਗਨੋਰ ਕਰਕੇ ਲੋਕ ਇੰਗਲਿਸ਼ ਵੱਲ ਜਾ ਰਹੇ ਨੇ ਅਤੇ ਇਮਾਨ ਚੱਲੀ ਅਸੀਂ ਲੋਕਾਂ ਵੱਲ। ਮੇਰਾ ਖਿਆਲ ਹੈ ਕਿ ਪੰਜਾਬੀ ਨੂੰ ਲਾਜ਼ਮੀ ਯਾਦ ਰੱਖੋ, ਕਿਉਂਕਿ ਇਹ ਪੰਜਾਬੀ ਜ਼ਬਾਨ ਐਸੀ ਐਡੀ ਮਿੱਠੀ ਜ਼ਬਾਨ ਹੈ, ਐਡੀ ਸੋਹਣੀ ਜ਼ਬਾਨ ਹੈ, ਲੇਕਿਨ ਬੜੇ ਘੱਟ ਲੋਕ ਬੋਲਦੇ ਨੇ। ਉਰਦੂ ਨੂੰ ਤੇਰਾ ਆਪਣਾ ਅੱਛੀ ਖੁਰਾਕ ਸਮਝਿਆ ਉਹਨਾਂ ਨੇ। ਉਹ ਪੰਜਾਬੀ ਦਾ ਲਿਬਾਸ ਵੀ ਸਾਡਾ ਖਤਮ ਹੋ ਗਿਆ, ਹਾਲਾਂਕਿ ਪਹਿਲੇ ਲਿਬਾਸ ਹੁੰਦਾ ਸੀ ਧੋਤੀ ਕੁੜਤਾ, ਪੈਰਾਂ 'ਚ ਆਪਣਾ ਚੜਾਵੀਂ ਜੁੱਤੀ, ਖੁੱਸਾ, ਗਰਗਾਬੀ, ਇਹ ਵੀ ਖਤਮ ਹੋ ਗਈ ਹੈ, ਠੀਕ ਹੈ। ਔਰ ਆਪਣਾ ਜਿਹੜਾ ਖਾਣ ਪੀਣ ਦੇ ਹਵਾਲੇ ਨਾਲ ਜਿਹੜੇ ਪੰਜਾਬੀ ਦੇਸੀ ਖਾਣੇ ਹੁੰਦੇ ਸਨ, ਸਾਗ ਦਾਲ, ਸਾਗ, ਮਕਈ ਦੀ ਰੋਟੀ ਹੁੰਦੀ ਸੀ, ਟੀਂਡੇ ਹੁੰਦੇ ਸਨ, ਆਲੂ ਔਰ ਭੱਠੇ ਜਿਹਨੂੰ ਆਉਂਦੇ ਨੇ, ਜਿਹਨੂੰ ਅੱਜ ਕੱਲ੍ਹ ਬੇਂਗਨ ਕਹਿੰਦੇ ਨੇ, ਕਦੀ ਉਹਨੂੰ ਬ੍ਰਿੰਜਲ ਕਹਿੰਦੇ ਨੇ, ਹਾਲਾਂਕਿ ਹੁੰਦੇ ਭੱਠੇ ਨੇ। ਕੀ ਹਾਲ? ਅਲਹਮਦੁਲਿਲਾ। ਕੀ ਲੈਣਾ ਹੈ? ਕੁਛ ਨਹੀਂ, ਇੰਜੋਇਮੈਂਟ, ਮੌਸਮ ਅੱਛਾ ਸੀ, ਅਸੀਂ ਕਿਆ ਇੰਜੋਏ ਕਰੀ। ਕੌਣ ਕੌਣ ਆਏ? ਆਪੀ ਨੇ, ਬੱਚੇ ਨੇ ਨਾਲ। ਤੇ ਸਹੀ, ਅਤੇ ਜਿਹਦੀ ਪੰਜਾਬੀ 'ਚ ਤੁਸੀਂ ਗੱਲਾਂ ਬਾਤਾਂ ਕਰਦੇ ਹੋ, ਕਿਹੜੇ ਕਿਹੜੇ ਕਰ? ਬਥੇਰੀਆਂ ਕਰਦੇ ਨੇ, ਘਰ ਜ਼ਿਆਦਾ ਪੰਜਾਬੀ ਬੋਲੀ ਜਾਂਦੀ। 6 ਮੌਸਮ ਪੰਜਾਬੀ ਵਾਲੇ, ਉਹ ਵੀ ਪੰਜਾਬੀ ਦੱਸਣੇ ਨੇ, ਦੱਸੋ। ਸਾਵਨ, ਬਦਰੂ, ਜੇਠ, ਚੇਤ, ਸਾਵਨ, ਬਦਰੂ, ਜੇਠ। ਨਹੀਂ, ਬਦਰੂ ਕੀ ਮਤਲਬ? ਇਹ ਵੀ ਪੰਜਾਬੀ ਦਾ ਵਰਡ ਹੈ ਨਾ? ਨਹੀਂ, ਸੌਣ ਭਾਦਰੋ ਹੁੰਦਾ ਹੈ। ਭਾਦਰੋ, ਸੌਰੀ ਸੌਰੀ ਸੌਰੀ। ਅਗਰ ਤੁਸੀਂ ਸਾਡੇ 6 ਸਵਾਲਾਂ ਦੇ ਜਵਾਬ ਦਿੰਦੇ ਹੋ ਪੰਜਾਬੀ ਦੇ ਵਿੱਚ ਤੇ ਆਪਣਾ ਰੰਗ ਟੀਵੀ ਦੀ ਤਰਫੋਂ ਤੁਹਾਨੂੰ ਇੱਕ ਗਿਫਟ ਦਿੱਤਾ ਜਾਏਗਾ, ਤੇ ਅਗਰ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਨਾ ਦਿੱਤੇ ਤੇ ਸਾਡੀ ਹੋਸਟ ਨੂੰ ਤੁਹਾਨੂੰ ਇੱਕ ਸ਼ੇਰ ਜਾਂ ਗਾਣਾ ਸੁਣਾਉਣਾ ਪਏਗਾ ਐਜ਼ ਏ ਸਜ਼ਾ। ਸਵਾਲ ਜੇ ਤੁਸੀਂ ਪੁੱਛਾਂਗੇ ਨਾ, ਲਾਜ਼ਮੀ ਜਵਾਬ ਦਿਓ, ਜਵਾਬ ਸਹੀ ਦੇਵੋਗੇ ਨਾ, ਤੁਹਾਨੂੰ ਪਿਆਰਾ ਜਿਹਾ ਗਿਫਟ ਮਿਲੇਗਾ ਸਾਡੇ ਚੈਨਲ ਦੇ। ਗੁੱਲੀ ਡੰਡਾ, ਚਿੜੀ ਛਿੱਕਾ,
ਕ੍ਰਿਕਟ ਨਹੀਂ ਗੇਂਦ ਵਾਲਾ ਗੇਂਦ ਵਾਲਾ ਤੇ ਲੁਕਣ ਛੁਪਣ ਲੁਕਣ ਛੁਪਣ ਹੁੰਦਾ ਕੀ ਲੁਕਣ ਛੁਪਾਈ ਜੀ ਨਹੀਂ ਉਹ ਨਹੀਂ ਪੰਜਾਬੀ ਚ ਦੱਸਣਾ ਹੈ ਪੰਜਾਬੀ ਚ ਕੀ ਕਹਿੰਦੇ ਨੇ ਲੁਕਣ ਛੁਪਾਈ ਨੂੰ ਸੋਚੋ ਅੱਛਾ ਲੁਕਣ ਛੁਪਾਈ ਨੂੰ ਕੀ ਕਹਿੰਦੇ ਨੇ ਪੰਜਾਬੀ ਗਾਣਾ ਪਾਕਿਸਤਾਨ ਦਾ ਸੀ ਇੰਡੀਆ ਨੂੰ ਆਖਿਆ ਪਾਕਿਸਤਾਨ ਦਾ ਗਾਣਾ ਸੁਣ ਪਾਕਿਸਤਾਨ ਦਾ ਗਾਣਾ ਸੁਣਾਉਣਾ ਤੈਨੂੰ ਤੱਕੇ ਤੇ ਡੁੱਲ ਗਈਆਂ ਅੱਖੀਆਂ ਇਹ ਕਿਹੜਾ ਗਾਣਾ ਸੀ ਸਹੀ ਸੁਣਾਓ ਨਾ ਅੱਛਾ ਮੇਰੀ ਗੱਲ ਸੁਣੋ ਆਪਣੇ ਜਿਹੜੇ ਪੰਜਾਬੀ ਗੱਲਬਾਤ ਆ ਪੰਜਾਬੀ ਗੱਲਬਾਤ ਸਹੀ ਆਉਂਦੀ ਹੈ ਤੁਹਾਨੂੰ ਗਰਮੀਆਂ ਦੇ ਦਿਨ ਯਾਦ ਨੇ ਪੰਜਾਬੀ 'ਚ ਛੇ ਸੁਣਾਓ ਸ਼ੇਰ ਸੁਣਾਈ ਛੇ ਨਾਮ ਦੱਸਣੇ ਨੇ ਪੰਜਾਬੀ ਦੇ ਵਿੱਚ ਗਰਮੀਆਂ ਵਾਲੇ ਸਰਦੀਆਂ ਵਾਲੇ ਮੌਸਮਾਂ ਦੇ ਮੌਸਮਾਂ ਦੇ ਨਹੀਂ ਤੁਸੀਂ ਪੰਜਾਬੀ ਕਿੱਥੋਂ ਦੇ ਹੋ ਅਸੀਂ ਪੰਜਾਬੀ ਨੇ ਗੇ ਬੇਸਿਕਲੀ ਅਸੀਂ ਉਧਰੋਂ ਸਪੀਕਿੰਗ ਆ ਲੇਕਿਨ ਅਸੀਂ ਰਹਿੰਦੇ ਇੱਥੇ ਜਾਂ 30-40 ਸਾਲ ਤੋਂ ਅਤੇ ਕਾਫੀ ਪੰਜਾਬੀ ਬੋਲ ਲਈਦੇ ਆ ਛੇ ਖੇਡਾਂ ਦੱਸੋ ਜਿਹੜੇ ਬਚਪਨ 'ਚ ਖੇਡਦੇ ਰਹੇ ਹੋ ਪੰਜਾਬੀ ਦੇ ਵਿੱਚ ਖੇਡ ਅਸੀਂ ਕ੍ਰਿਕਟ ਖੇਡੀਏ ਕ੍ਰਿਕਟ ਕੀ ਹੁੰਦਾ ਗੁੱਲੀ ਡੰਡਾ ਖੇਡਿਆ ਫੁੱਟਬਾਲ ਖੇਡਿਆ ਲੰਗੜੀ ਪਾਲਕ ਖੇਡੇ ਆ ਇਹ ਕੀ ਹੁੰਦੀ ਹੈ ਕਨਵਿਟੀ ਖੇਡੀ ਹੈ ਅੱਗਾ ਤੇ ਪੱਟੀ ਬਣ ਕੇ ਜੋ ਖੇਲੀ ਦੀ ਤੇਰੀ ਯਾਦ ਸਤਾਵੇ ਰਾਤੀ ਨੀਂਦ ਨਾ ਆਵੇ ਤੇਰੀ ਯਾਦ ਸਤਾਵੇ ਰਾਤੀ ਨੀਂਦ ਨਾ ਆਵੇ ਐ ਮੈਨੂੰ ਤੁਸੀਂ ਗੱਲ ਸੁਣਾਈ ਕਿ ਕੋਈ ਗਾਣਾ ਸੁਣਾਇਆ ਆਪਕੋ ਪ੍ਰੋਗਰਾਮ ਕੀ ਤਰਫ ਸੇ ਪਿਆਰਾ ਸਾ ਗਿਫਟ ਮਿਲਤਾ ਹੈ ਵਾਲਾ ਹਮਾਰੀ ਤਰਫ ਸੇ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਇੱਕ ਹੋਰ ਫੈਮਿਲੀ ਨਜ਼ਰ ਆ ਰਹੀ ਹੈ ਅਸੀਂ ਉਸ ਵੱਲ ਚੱਲ ਰਹੇ ਹਾਂ ਪੁੱਛਣੀਆਂ ਗੱਲਬਾਤ ਕਰਦੇ ਨੇ ਕਿ ਨਹੀਂ ਕਰਦੇ ਸਾਡਾ ਪਹਿਲਾ ਕੁਐਸਚਨ ਤੁਹਾਡੇ ਨਾਲ ਇਹ ਹੈ ਕਿ ਜਿਹੜੇ 12 ਮਹੀਨੇ ਹੁੰਦੇ ਨੇ ਪੰਜਾਬੀ 'ਚ ਜਿਹੜੇ ਬੋਲਦੇ ਨੇ ਉਹਨਾਂ ਦੇ ਨਾਂ ਕੀ ਨੇ ਲੋਕ ਤਾਂ ਜਨਮ ਮਹੀਨੇ ਪੰਜਾਬੀ ਦੇ ਵਿੱਚ ਜੀ ਪੰਜਾਬੀ ਦੇ ਵਿੱਚ ਤੁਸੀਂ 6 ਦੱਸ ਦਿਓ ਮੈਨੂੰ ਯਾਦ ਨਹੀਂ ਪੀਜ਼ਾ ਖਾਂਦੇ ਨੇ ਬਰਗਰ ਖਾਂਦੇ ਨੇ ਪੰਜਾਬੀ ਦਾ ਅਲੱਗ ਉਹਨਾਂ ਨੂੰ ਅਸੀਂ ਕਿੰਨੇ ਸਵਾਲ ਕੀਤੇ ਨੇ ਤਾਂ ਉਹਨਾਂ ਨੂੰ ਵੀ ਐਡਾ ਖਾਸ ਜਵਾਬ ਨਹੀਂ ਆਇਆ ਪੰਜਾਬੀ ਦੇ ਵਿੱਚ ਅਤੇ ਸਾਡੇ ਨਾਲ ਹੋਰ ਫੈਮਲੀਆਂ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਬਿਲਕੁਲ ਆਓ ਕਿੱਥੋਂ ਆਏ ਹੋ ਫੈਸਲਾਬਾਦ ਸੇ ਐਡੀ ਦੂਰ ਇਸ ਪਾਰਕ 'ਚ ਆਏ ਹੋ ਨਹੀਂ ਪਾਰਕ ਮੈਂ ਨਹੀਂ ਆਪਣੀ ਅੰਮੀ ਕੀ ਤਰਫ ਆਈ ਅੱਛਾ ਫੈਸਲਾਬਾਦ ਸ਼ਾਦੀ ਹੋਈ ਹਾਂਜੀ ਉਸ ਸ਼ਾਦੀ ਹੋਈ ਮੈਂ ਪੰਜਾਬੀ ਸਹੀ ਆਉਂਦੀ ਹੈ ਬੋਲ ਲੈਂਦੇ ਹਾਂ ਥੋੜ੍ਹੀ ਬਹੁਤ ਤੁਹਾਨੂੰ ਤਾਂ ਜੁਗਤਾਂ ਦਾ ਢੇਰ ਹੋਣਾ ਚਾਹੀਦਾ ਵੇ ਨਹੀਂ ਲੇਕਿਨ ਪੈਦਾਇਸ਼ ਜਾਏ ਪੈਦਾਇਸ਼ ਦਾ ਅਸਰ ਕੰਮ ਜ਼ਿਆਦਾ ਨਹੀਂ ਕਹਿੰਦੇ ਫੈਸਲਾਬਾਦ ਜੁਗਤਾਂ ਮਾਰਦੇ ਨੇ ਅੱਛਾ ਨਹੀਂ ਹਲੇ ਪਾਲਾ ਨਹੀਂ ਪਿਆ ਕਿਸੇ ਨਾ ਅੱਛਾ ਮੇਨ ਗੱਲ 'ਤੇ ਆਉਂਦੇ ਹਾਂ ਪੰਜਾਬੀ 6 ਮੌਸਮਾਂ ਦੇ ਨਾਮ ਦੱਸ ਦਿਓ ਮੌਸਮ ਦੇ ਨਾਮ ਮਹੀਨਿਆਂ ਦੇ ਨਾਮ ਨਾਜ਼ਰੀਨ ਅਸੀਂ ਪੰਜਾਬੀ ਲੱਭਦੇ ਲੱਭਦੇ ਅਸੀਂ ਆਪਣਾ ਹੀ ਮੇਰਾ ਖਿਆਲ ਭੁੱਲ ਗਏ ਆ ਮੈਂ ਵੈਸੇ ਕਿੱਥੋਂ ਆਇਆ ਮੈਨੂੰ ਆਪਣਾ ਫਲੂਦਾ ਬਣਾ ਬੈਠੇ ਆ ਫਲੂਦਾ 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 ਹੀ ਕਹਿੰਦੇ ਮੈਂ ਕਿਹਾ ਕਿ ਤੁਸੀਂ ਵੈਸੇ ਦਿਲ ਦਿਲ ਕਰ ਰਿਹਾ ਹੁਣ ਫਲੂਦੇ ਨੂੰ ਠੀਕ ਹੈ ਤੇ ਹੁਣ ਇਹ ਤੁਹਾਨੂੰ ਬਟੀਕ ਜੇ ਤੁਸੀਂ ਫਲੂਦਾ ਕਿਹਾ ਤੇ ਖਵਾਣਾ ਜੇ ਬਾਹਰ ਜ਼ਰੂਰ ਜ਼ਰੂਰ ਕਿਉਂ ਨਹੀਂ ਫਲੂਦਾ ਕੀ ਇਮਾਨ ਕੀ ਲੱਗਦਾ ਤੁਹਾਨੂੰ ਕਿ ਪੰਜਾਬੀ ਤੋਂ ਅਸੀਂ ਦੂਰ ਹੋ ਗਏ ਹਾਂ ਅਤੇ ਸਾਡੀ ਜਿਹੜੀ ਅਸੀਂ ਕਿੰਨੀ ਆਪਣਾ ਫੈਮਲੀਆਂ ਨਾਲ ਗੱਲ ਕੀਤੀ ਹੈ ਅਤੇ ਕਿਸੇ ਨੇ ਵੀ ਕੋਈ ਪੰਜਾਬੀ ਨਾਲ ਕੋਈ ਚੱਜ ਨਾਲ ਸਾਨੂੰ ਕੋਈ ਸਵਾਲ ਜਵਾਬ ਨਹੀਂ ਆਪਣਾ ਸਾਡਾ ਹੋਇਆ ਕੋਈ ਚੱਜ ਨਾਲ ਕਿਸੇ ਨੇ ਸਾਡੇ ਨਾਲ ਕੋਈ ਪੰਜਾਬੀ ਦੇ ਵਿੱਚ ਗੱਲ ਨਹੀਂ ਕੀਤੀ ਜਿਹਨੇ ਵੀ ਕੀਤੀ ਉਹਨੇ ਕੋਸ਼ਿਸ਼ ਕੀਤੀ ਕਿ ਉਰਦੂ ਦੇ ਵਿੱਚ ਹੀ ਬੋਲਿਆ ਜਾਏ ਉਰਦੂ ਦੇ ਵਿੱਚ ਹੀ ਉਹ ਬੋਲਦੇ ਰਹੇ ਨੇ ਅਤੇ ਕੀ ਇਹ ਖੁਸ਼ੀ ਮਨਾਉਣੀ ਚਾਹੀਦੀ ਅਸੀਂ ਪੰਜਾਬੀ ਭੁੱਲ ਗਏ ਹਾਂ ਜਾਂ ਇਹਦਾ ਦੁੱਖ ਕਰਨਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਬੜੇ ਅਫਸੋਸ ਦੀ ਗੱਲ ਹੈ ਪਾਕਿਸਤਾਨ ਹੋ ਕੇ ਪਾਕਿਸਤਾਨ 'ਚ ਰਹਿ ਕੇ ਵੀ ਆਪਣੀ ਜ਼ਬਾਨ ਭੁੱਲੇ ਨੇ ਆਪਣੀ ਪਰਸਨੈਲਿਟੀ ਭੁੱਲੇ ਨੇ ਕੱਪੜਿਆਂ ਡਰੈਸਿੰਗ ਤੱਕ ਭੁੱਲੇ ਨੇ ਹਰ ਗੱਲ ਨੂੰ ਉਰਦੂ 'ਚ ਨਹੀਂ ਉਰਦੂ 'ਚ ਲੈ ਕੇ ਆਉਣ ਇੰਗਲਿਸ਼ 'ਚ ਲੈ ਕੇ ਪੰਜਾਬੀ ਦਾ ਪਤਾ ਹੀ ਕੋਈ ਨਹੀਂ ਅਤੇ ਨਾਜ਼ਰੀਨ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਅਸੀਂ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮਜ਼ੀਦ ਚਟਪਟੀਆਂ ਗੱਲਾਂ ਔਰ ਮਜ਼ੀਦ ਚਟਪਟਾ ਜਿਹਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਇਮਾਨ ਮੇਰੇ ਨਾਲ ਹੋਵੇਗੀ ਇਨਸ਼ਾਅੱਲਾ ਤੁਹਾਨੂੰ ਬਹੁਤ ਮਜ਼ਾ ਆਏਗਾ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਔਰ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਅਗਰ ਸਾਡਾ ਚੈਨਲ ਤੁਹਾਨੂੰ ਪਸੰਦ ਆਏ ਔਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਸਾਡਾ ਚੈਨਲ ਆਪਣਾ ਰੰਗ ਟੀਵੀ ਇਹਨੂੰ ਲਾਈਕ ਕਰੋ
ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋਵੋਗੇ ਸਾਡਾ ਇੱਕ ਵਟਸਐਪ ਨੰਬਰ ਚੱਲ ਰਿਹਾ ਸਿਰਫ ਵਟਸਐਪ 'ਤੇ ਤੁਸੀਂ ਸਾਨੂੰ ਮੈਸੇਜ ਭੇਜੋ ਅਗਰ ਤੁਹਾਡੇ ਕੋਲ ਕੋਈ ਮੁਨਫਰੀਦ ਕਹਾਣੀ ਕੋਈ ਮੁਨਫਰੀਦ ਸਟੋਰੀ ਹੈ ਅਤੇ ਉਹਦੇ ਸਾਨੂੰ ਤੁਸੀਂ ਵਟਸਐਪ ਕਰੋ ਔਰ ਸਾਡੇ ਚੈਨਲ 'ਤੇ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਸਾਡੀ ਵੀਡੀਓ ਦੇ ਬਾਰੇ ਜੋ ਵੀ ਤੁਹਾਡੀ ਰਾਏ ਉਹ ਸਾਨੂੰ ਲਾਜ਼ਮੀ ਦੱਸਣਾ ਅਤੇ ਇਹ ਹੁਣ ਤੁਸੀਂ ਵੀ ਸਿਫਾਰਿਸ਼ ਕਰ ਦਿਓ ਚ ਸਬਸਕ੍ਰਾਈਬ ਦੀ ਅਤੇ ਆਪਣਾ ਸ਼ੇਅਰ ਜ਼ਰੂਰ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਅੱਛੇ ਅੱਛੇ ਕਮੈਂਟ ਵੀ ਕਰਨੇ ਨੇ ਔਰ ਅਗਰ ਕੋਈ ਅੱਛੀ ਸਟੋਰੀ ਹੋਏਗੀ ਸਾਨੂੰ ਸ਼ੇਅਰ ਕਰਨੀ ਹੈ ਔਰ ਲਾਜ਼ਮੀ ਲਾਈਕ ਲਾਜ਼ਮੀ ਕਰਨਾ ਸਬਸਕ੍ਰਾਈਬ ਨਾਜ਼ਰੀਨ ਆਖਰੀ ਗੱਲ ਤੁਹਾਡੀ ਮਿਹਰਬਾਨੀ ਕਮੈਂਟ ਬੋਕਸ ਦੇ ਵਿੱਚ ਇਹ ਜ਼ਰੂਰ ਕਮੈਂਟ ਕਰਕੇ ਮੇਰੀ ਸਿਫਾਰਿਸ਼ ਕਰ ਦਿਓ ਕਿ ਮੈਨੂੰ ਬਾਹਰ ਜਾਂਦੇ ਮੈਨੂੰ ਪਤਾ ਇਹਨਾਂ ਨੇ ਫਲੂਦਾ ਨਹੀਂ ਖਵਾਉਣਾ ਪਲੀਜ਼ ਮਿਹਰਬਾਨੀ ਚਲੋ ਇਮਾਨ ਚੱਲੀ ਹੁਣ ਬਾਏ ਅੱਲਾ ਹਾਫਿਜ਼।